ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਅਸੀਂ ਆਏ ਹੋਏ ਹਾਂ ਜੀ ਗੁਰਦੁਆਰਾ ਨਾਢਾ ਸਾਹਿਬ। ਪਾਤਸ਼ਾਹੀ ਦਸਵੀਂ ਦਾ ਸਥਾਨ ਆ ਜੀ ਇਹ। ਇਹ ਪੰਚਕੂਲਾ ਹਰਿਆਣੇ ਦੇ ਵਿੱਚ ਸਥਿਤ ਆ ਜੀ। ਬਹੁਤ ਵਧੀਆ ਸਥਾਨ ਬਣਿਆ ਹੋਇਆ ਹੈ ਜੀ ਇਹ। ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ, ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਚੰਗੀ ਲੱਗਦੀ ਹੈ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ। ਲਾਈਕ ਐਂਡ ਸ਼ੇਅਰ ਕਰਨਾ ਵੀ ਭੁੱਲਿਓ ਨਾ। ਇਹ ਸਥਾਨ ਬਹੁਤ ਵੱਡਾ ਸਥਾਨ ਆ ਜੀ। ਅਸੀਂ ਆਪ ਇਸ ਸਥਾਨ ਦੇ ਦਰਸ਼ਨ ਕਰਾਂਗੇ ਜੀ, ਅਤੇ ਤੁਹਾਨੂੰ ਵੀ ਇਸ ਸਥਾਨ ਦੇ ਦਰਸ਼ਨ ਕਰਾਵਾਂਗੇ ਜੀ। ਆਓ ਚੱਲਦੇ ਹਾਂ ਆਪਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ। ਪਾਤਸ਼ਾਹੀ ਦਸਵੀਂ ਇਸ ਸਥਾਨ 'ਤੇ ਆਏ ਨੇ, ਉਹਨਾਂ ਬਾਰੇ ਜਾਣਦੇ ਹਾਂ। ਆਓ ਚੱਲੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਇਹ ਜਿਹੜਾ ਸਥਾਨ ਆ ਨਾ ਜੀ, ਪਾਉਂਟਾ ਸਾਹਿਬ ਤੋਂ ਮਹਾਰਾਜ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਲੱਗੇ ਸੀ ਨਾ, ਉਦੋਂ ਨਾਹਨ, ਟੋਕਾ ਸਾਹਿਬ, ਰਾਣੀ ਦਾ ਰਾਏਪੁਰ, ਇੱਥੋਂ ਮਣਕ ਟੱਬਰਾਂ ਨੂੰ ਹੁੰਦੇ ਹੋਏ ਮਹਾਰਾਜ ਇਸ ਪਾਵਨ ਅਸਥਾਨ ਦੇ ਉੱਤੇ ਨਾਢਾ ਸਾਹਿਬ ਵਿਖੇ ਪਹੁੰਚੇ ਸੀਗੇ ਜੀ। ਮਹਾਰਾਜ ਦੇ ਨਾਲ ਸ਼ਸਤਰਧਾਰੀ ਯੋਧੇ, ਘੋੜ ਸਵਾਰ, ਜੰਗੀ ਸੂਰਮੇ ਮਹਾਰਾਜ ਦੇ ਨਾਲ ਸੀਗੇ ਜੀ। ਉਹਨਾਂ ਦਿਨਾਂ ਦੇ ਵਿੱਚ ਨਾ ਜਿਹੜਾ ਇਹ ਇਲਾਕਾ ਸੀਗਾ, ਇਹ ਪੂਰਾ ਜੰਗਲੀ ਇਲਾਕਾ ਸੀਗਾ। ਦਸਵੇਂ ਪਾਤਸ਼ਾਹ ਘੱਗਰ ਨਦੀ ਦੇ ਕੰਢੇ 'ਤੇ ਉੱਚੀ ਥਾਂ 'ਤੇ ਮਹਾਰਾਜ ਨੇ ਡੇਰੇ ਲਾ ਲਏ, ਅਤੇ ਇਸ ਜਗ੍ਹਾ ਦੇ ਉੱਤੇ ਨਾ ਕਹਿੰਦੇ ਲਵਾਣਾ ਬਰਾਦਰੀ ਦੇ ਕੁਝ ਪਰਿਵਾਰ ਆਬਾਦ ਸੀਗੇ। ਉਹਨਾਂ ਦੇ ਵਿੱਚ ਨਾ ਇੱਕ ਸੀਗੇ ਨਾਢੂ ਸ਼ਾਹ ਨਾਮ ਦੇ ਧਰਮੀ ਬੰਦੇ ਨੇ ਮਹਾਰਾਜ ਦਾ ਸਵਾਗਤ ਕੀਤਾ ਸੀ ਸੰਗਤ ਨੂੰ ਆਉਣ ਲੱਗ ਕੇ, ਕਿਉਂਕਿ ਜਿਹੜੀ ਸੰਗਤ ਵੀ ਸੀ ਉਹ ਵੀ ਉਸ ਯੋਧੇ ਦੇ ਦਰਸ਼ਨ ਕਰਨਾ ਚਾਹੁੰਦੀ ਸੀ ਜਿਹਨੇ ਬਾਈ ਧਾਰ ਦੇ ਰਾਜਿਆਂ ਨੂੰ ਹਰਾਇਆ ਸੀਗਾ ਜੀ। ਅਤੇ ਸੰਗਤ ਮਹਾਰਾਜ ਨੂੰ ਦਰਸ਼ਨ ਕੀਤੇ, ਮਹਾਰਾਜ ਨੂੰ ਮਿਲੀ। ਜਿਹੜਾ ਨਾਢੂ ਸ਼ਾਹ ਨਾਮ ਦਾ ਵਿਅਕਤੀ ਸੀਗਾ, ਉਹਨੇ ਦੁੱਧ ਨਾਲ, ਪਾਣੀ ਨਾਲ ਮਹਾਰਾਜ ਦੀ ਜਿਹੜੀ ਬਹੁਤ ਸੇਵਾ ਕੀਤੀ ਸੰਗਤ ਨੇ। ਅਤੇ ਮਹਾਰਾਜ ਨਾ ਨਾਢੂ ਸ਼ਾਹ ਦੀ ਸੇਵਾ ਤੋਂ ਖੁਸ਼ ਹੋ ਕੇ ਮਹਾਰਾਜ ਉਹਨੂੰ ਪੁੱਛਦੇ ਨੇ, ਮਹਾਰਾਜ ਕਹਿੰਦੇ ਵੀ ਤੂੰ ਭਾਈ ਕੀ ਕੰਮ ਕਰਦਾ ਆ? ਤਾਂ ਨਾਢੂ ਸ਼ਾਹ ਕਹਿਣ ਲੱਗਿਆ, ਕਹਿੰਦਾ ਮਹਾਰਾਜ ਜੀ ਖੇਤੀਬਾੜੀ ਕਰਦਾ ਹੁੰਦਾ ਆ, ਵੀ ਹੋਰ ਤੁਹਾਡੇ ਗਰੀਬ ਜਿਹੇ ਸੇਵਕ ਨੇ ਕੀ ਕਰਨਾ ਆ? ਤਾਂ ਦਸਮ ਪਾਤਸ਼ਾਹ ਨੇ ਨਾ ਖੁਸ਼ ਹੋ ਕੇ ਭਾਈ ਨਾਢੂ ਸ਼ਾਹ ਨੂੰ ਬਖਸ਼ਿਸ਼ ਕੀਤੀ ਸੀਗੀ ਵੀ ਤੇਰੀ ਨਾ ਮਹਾਨ ਸੇਵਾ ਕਰਕੇ ਇਹ ਅਸਥਾਨ ਨਾਢਾ ਸਾਹਿਬ ਦੇ ਨਾਮ ਨਾਲ ਬਹੁਤ ਪ੍ਰਸਿੱਧ ਹੋਵੇਗਾ ਅਤੇ ਸਦਾ ਤੇਰਾ ਨਾਮ ਕਾਇਮ ਰਹੇਗਾ ਜੀ। ਇਸ ਸਥਾਨ 'ਤੇ ਸੰਗਤਾਂ ਆਉਂਦੀਆਂ ਨੇ, ਦੂਰੋਂ ਦੂਰੋਂ ਆਉਂਦੀਆਂ ਨੇ ਜੀ, ਨਤਮਸਤਕ ਹੁੰਦੀਆਂ ਨੇ, ਦਸਮ ਪਾਤਸ਼ਾਹ ਨੂੰ ਯਾਦ ਕਰਦੀਆਂ ਨੇ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ ਜੀ। ਬਹੁਤ ਸੋਹਣਾ ਸਥਾਨ ਬਣਿਆ ਹੋਇਆ ਜੀ। ਸਾਨੂੰ ਵੀ ਆਪਣੇ ਪਰਿਵਾਰ ਸਮੇਤ ਇਸ ਸਥਾਨ 'ਤੇ ਆਉਣਾ ਚਾਹੀਦਾ ਆ ਜੀ, ਦਰਸ਼ਨ ਕਰਨੇ ਚਾਹੀਦੇ ਨੇ ਜੀ ਮਹਾਰਾਜ ਦੇ ਜੀ। ਇਸ ਜਗ੍ਹਾ 'ਤੇ ਜੀ ਸਵੇਰ ਵੇਲੇ ਪ੍ਰਸ਼ਾਦੇ ਉੱਤੇ ਅਚਾਰ ਅਤੇ ਨਾਲ ਚਾਹ ਦਾ ਪ੍ਰਬੰਧ ਆ ਜੀ, ਅਤੇ ਗੁਰੂ ਕਾ ਲੰਗਰ 24 ਘੰਟੇ ਇਸ ਸਥਾਨ ਦੇ ਉੱਤੇ ਚੱਲਦਾ ਆ ਜੀ। ਪ੍ਰਸ਼ਾਦਾ ਪਾਣੀ ਜੀ ਉਨਾ ਕੁ ਲੈਣਾ ਚਾਹੀਦਾ ਆ ਜਿੰਨਾ ਕੁ ਆਪਾਂ ਛੱਕ ਸਕਦੇ ਹਾਂ ਜੀ। ਝੂਠ ਨਾ ਛੱਡੋ ਜੀ, ਬਸ ਇਹ ਜ਼ਰੂਰੀ ਆ ਜੀ।
ਆ ਜੀ ਗੁਰੂ ਗੋਬਿੰਦ ਸਿੰਘ ਨਿਵਾਸ ਸਥਾਨ ਆ ਜੀ ਇਹ ਇਸ ਜਗ੍ਹਾ ਤੋਂ ਤੁਸੀਂ ਰੂਮ ਲੈ ਸਕਦੇ ਹੋ ਰੂਮ ਦਾ ਕਿਰਾਇਆ 200 ਰੁਪਏ ਆ ਜੀ ਇੱਕ ਦਿਨ ਦਾ 500 ਰੁਪਇਆ ਜਮ੍ਹਾਂ ਕਰਾਉਣਾ ਪੈਂਦਾ ਪਹਿਲਾਂ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਸ ਸਥਾਨ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਤੇ ਬੈੱਲ ਵਾਲਾ ਬਟਨ ਵੀ ਜ਼ਰੂਰ ਦੱਬਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।